ਕਿਉਂਕਿ ਬਿੱਲ ਜਿਹੜਾ ਹੈਗਾ ਇਹ ਡਿਸਕ੍ਰਿਮੀਨੇਟ ਨਹੀਂ ਕਰਦਾ ਕਿਸੇ ਨੂੰ, ਨਾ ਇਹ ਕਿਸੇ ਰਿਲੀਜਨ ਨੂੰ ਫੋਕਸ ਕਰ ਰਿਹਾ, ਨਾ ਇਹ ਕਿਸੇ ਕਲਰ ਨੂੰ, ਨਾ ਕੋਈ ਕਿੱਥੋਂ ਆਇਆ। ਜਿਹੜਾ ਮੰਤਰੀ ਹੈਗੇ ਸਾਡੇ ਡੋਮਿਨਿਕ ਲਵਲਾਂ, ਉਹਨਾਂ ਦੀ ਸਪੋਰਟ ਜਿਹੜੀ ਸੀ ਪਹਿਲਾਂ ਤਾਂ ਹਾਸਲ ਕੀਤੀ ਵੀ ਜਿਹੜਾ ਇਮੋਸ਼ਨ ਹੈਗਾ ਇਹ ਬਣਦਾ, ਜਿਹੜੀ ਵਾਇਲੈਂਸ ਕ੍ਰੀਏਟ ਕਰਦੇ ਆ ਉਹ ਜੋ ਵੀ ਕਰਦੇ ਉਹਨੂੰ ਅਸੀਂ ਜਿਹੜਾ ਉਹ ਠੱਲ ਪਾਉਣ ਲਈ ਸਾਨੂੰ ਚਾਹੀਦਾ ਫੋਰਨ ਗੌਰਮੈਂਟ, ਜਿਹੜੀ ਇੰਡੀਅਨ ਗੌਰਮੈਂਟ ਜਿਹੜੇ ਏਜੰਟਸ ਨੇ ਉਹਨਾਂ ਦਾ ਇਹਦੇ ਵਿੱਚ ਹੱਥ ਜਿਹੜਾ ਹੋ ਸਕਦਾ। ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੀਗਾ ਵੀ ਇੱਕ ਬਹੁਤ ਘਿਣਾਉਣੀ ਹਰਕਤ ਜਿਹੜੀ ਹੈਗੀ ਅਸੈਸੀਨੇਸ਼ਨ ਸਰਦਾਰ ਹਰਦੀਪ ਸਿੰਘ ਨਿੱਜਰ ਦੀ ਹੋਈ, ਜਿਹੜੀ ਮੇਰੇ ਕੰਸਟੀਚੁਐਂਟ ਸੀਗੇ ਔਰ ਕੰਸਟੀਚੁਐਂਸੀ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਆ ਉਹ ਹੋਈ। ਉਸ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਉਹਨਾਂ ਨੇ ਸਟੇਟਮੈਂਟ ਮੇਕ ਕੀਤੀ ਹਾਊਸ ਆਫ ਕਾਮਨ ਦੇ ਵਿੱਚ ਖੜ੍ਹੇ ਹੋ ਕੇ ਵੀ ਜਿਹੜਾ ਐਨਫ ਐਵੀਡੈਂਸ ਜਿਹੜਾ ਹੈਗਾ ਉਹ ਅਲੈਜਡ ਹੈਗਾ ਕਰਦਾ ਕਿ ਫੋਰਨ ਗੌਰਮੈਂਟ ਜਿਹੜੀ ਇੰਡੀਅਨ ਗੌਰਮੈਂਟ ਜਿਹੜੇ ਏਜੰਟਸ ਨੇ ਉਹਨਾਂ ਦਾ ਇਹਦੇ ਵਿੱਚ ਹੱਥ ਜਿਹੜਾ ਹੋ ਸਕਦਾ, ਉਸ ਨੂੰ ਮੱਦੇਨਜ਼ਰ ਰੱਖ ਕੇ ਫਿਰ ਜਿਹੜਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਜਿਹੜਾ ਇਹ ਕੋਈ ਐਸੀ ਚੀਜ਼ ਲਿਆਉਂਦੀ ਜਾਵੇ, ਕਿਉਂਕਿ ਇੱਕ ਲੋਕ ਜਿਹੜੇ ਸੀਗੇ ਡਰਨ ਵੀ ਲੱਗ ਗਏ ਸੀ, ਠੀਕ ਹੈ ਨਾ, ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਘਬਰਾਏ ਹੋਏ ਸੀ, ਡਰੇ ਹੋਏ ਸੀ। ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ ਸੀਗਾ ਮੈਂ ਇਹ ਮੋਸ਼ਨ ਜਿਹੜਾ ਸੀ ਉਹ ਲੈ ਕੇ ਆਉਂਦਾ ਵੀ ਸਰਕਾਰ ਨੂੰ ਚਾਹੀਦਾ ਕਿ ਅਸੀਂ ਜਿਹੜਾ ਹੈਗਾ ਉਹ ਜਿਹੜੀ ਫੋਰਨ ਇੰਟਰਫੀਰੈਂਸ ਹੈਗੀ ਆ, ਚਾਹੇ ਉਹ ਕਿਸੇ ਨੂੰ ਇੰਟੀਮੀਡੇਟ ਕਰਦੇ ਆ, ਕੋਈ ਵਾਇਲੈਂਸ ਕ੍ਰੀਏਟ ਕਰਦੇ ਆ, ਉਹ ਜੋ ਵੀ ਕਰਦੇ ਉਹਨੂੰ ਅਸੀਂ ਜਿਹੜਾ ਉਹ ਠੱਲ ਪਾਉਣ ਲਈ ਸਾਨੂੰ ਚਾਹੀਦਾ ਕਿ ਅਸੀਂ ਜਿਹੜੇ ਨੇ ਸਾਡੀ ਜਿਹੜੀਆਂ ਟੈਕਨੋਲੋਜੀਜ਼ ਅਪ ਟੂ ਡੇਟ ਹੋਣੀਆਂ ਚਾਹੀਦੀਆਂ, ਰਿਸੋਰਸ ਜਿਹੜੇ ਆ ਉਹ ਅਪ ਟੂ ਡੇਟ ਹੋਣੇ ਚਾਹੀਦੇ ਆ। ਸੋ ਇਸ ਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ ਸੀਗਾ ਇਹ ਮੋਸ਼ਨ ਜਿਹੜਾ ਸੀਗਾ ਉਹ ਲੈ ਕੇ ਆਉਂਦਾ ਸੀ। ਦੇਖੋ ਜਦੋਂ ਫਰਵਰੀ ਦੇ ਵਿੱਚ ਹੀ ਮੈਂ ਇਹ ਮੋਸ਼ਨ ਜਿਹੜਾ ਸੀਗਾ ਲਿਆਂਦਾ ਔਰ ਉਸ ਦਿਨ ਤੋਂ ਹੀ ਜਿਹੜਾ ਸੀ ਮੇਰਾ ਜਿੱਥੇ ਦੂਜੀਆਂ ਪਾਰਟੀਆਂ ਦੇ ਨਾਲ ਵਿਰੋਧੀ ਪਾਰਟੀਆਂ ਨਾਲ ਰਾਬਤਾ ਸੀ, ਲਿਬਰਲ ਪਾਰਟੀ ਨਾਲ ਰਾਬਤਾ ਸੀ, ਉਹਦੇ ਨਾਲ ਨਾਲ ਪ੍ਰਾਈਮ ਮਿਨਿਸਟਰ ਅਤੇ ਪ੍ਰਾਈਮ ਮਿਨਿਸਟਰ ਦੇ ਆਫਿਸ 'ਤੇ ਜਿਹੜਾ ਮੰਤਰੀ ਹੈਗੇ ਸਾਡੇ ਡੋਮਿਨਿਕ ਲਵਲਾਂ, ਉਹਨਾਂ ਦੇ ਨਾਲ ਵੀ ਮੇਰਾ ਰਾਬਤਾ ਰਿਹਾ ਔਰ ਮੈਂ ਉਹਨਾਂ ਦੀ ਸਪੋਰਟ ਜਿਹੜੀ ਸੀ ਪਹਿਲਾਂ ਤਾਂ ਹਾਸਲ ਕੀਤੀ ਵੀ ਜਿਹੜਾ ਇਮੋਸ਼ਨ ਹੈਗਾ ਇਹ ਬਣਦਾ ਔਰ ਸਮੇਂ ਮੁਤਾਬਕ ਜਿਹੜਾ ਹੈਗਾ ਇਹ ਲੋੜ ਹੈਗੀ ਆ। ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਜਦੋਂ ਅੱਜ ਦੇਖਦੇ ਹੈਗੇ ਹਾਂ ਤਾਂ ਗੌਰਮੈਂਟ ਨੇ ਆਲਰੇਡੀ ਜਿਹੜਾ ਸੀਗਾ ਜਿਹੜੇ ਸਟੈਪਸ ਮੈਂ ਚਾਹੁੰਦਾ ਸੀਗਾ ਕਿ ਉਹ ਲੈ ਜਾਣ ਜਿਹੜਾ ਸੀਗਾ ਉਹ ਗੌਰਮੈਂਟ ਨੇ ਜਿਹੜਾ ਬਿੱਲ ਸੀ 70 ਤੁਹਾਨੂੰ ਪਤਾ ਹੋਣਾ ਕਿ ਹੁਣੇ ਹੀ ਉਹਨਾਂ ਨੇ ਜਿਹੜਾ ਵਾ ਉਹ ਲੈ ਕੇ ਆਉਂਦਾ ਟੂ ਮੇਕ ਸ਼ੋਰ ਕਿ ਪਹਿਲਾਂ ਬਜਟ ਦੇ ਵਿੱਚ ਵੀ ਦੇਖੋ ਤਾਂ ਚਾਹੇ ਉਹ ਸੀਸੇ ਨੂੰ 600 ਐਂਡ ਸਮ ਮਿਲੀਅਨ ਡਾਲਰ ਜਿਹੜੇ ਸੀ ਉਹ ਪ੍ਰੋਵਾਈਡ ਕਰ ਰਹੇ ਤਾਂ ਕਿ ਉਹ ਜਿਹੜਾ ਸੀ ਆਪਣਾ ਹੋਰ ਢਾਂਚਾ ਮਜ਼ਬੂਤ ਕਰ ਸਕਣ, RCMP ਨੂੰ ਜਿਹੜਾ ਸੀਗਾ ਤਾਂ ਕਿ ਬਾਰਡਰ ਦੇ ਉੱਤੇ ਜਿਹੜਾ ਉਹ ਜਿਹੜਾ ਆਪਦਾ ਜਿਹੜਾ ਸਿਕਿਉਰਿਟੀ ਆ ਉਹਨੂੰ ਅਸੀਂ ਦੇਖ ਸਕੀਏ, ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਬਜਟ ਦੇ ਵਿੱਚ ਉਹਨਾਂ ਲਈ ਜਿਹੜੇ ਸੀ ਉਹ ਰਿਸੋਰਸਿਸ ਤਾਂ ਪਾਏ ਸੀ ਪਰ ਟੂਲਸ ਵੀ ਚਾਹੀਦੇ ਆ। ਉਹ ਜਿਹੜਾ ਹੈਗਾ ਸੀ ਉਹ ਬਿੱਲ ਸੀ 70 ਜਿਹੜਾ ਆਇਆ ਜਿਹਦੇ ਵਿੱਚ ਚਾਹੇ ਉਹ ਲੈਜਿਸਲੇਸ਼ਨ ਜਿਹੜਾ ਵਾ ਉਹਦੀ ਮਾਡਰਨਾਈਜੇਸ਼ਨ ਕਰਨੀ ਹੈਗੀ, ਚਾਹੇ ਐਕਟ ਜਿਹੜਾ ਸੀਸੇ ਦਾ ਕਿਉਂਕਿ ਮੇਰੇ ਖਿਆਲ 40 ਸਾਲ ਹੀ ਹੋ ਗਏ ਤਕਰੀਬਨ ਉਹਨੂੰ ਮਾਡਰਨਾਈਜ਼ ਨਹੀਂ ਕੀਤਾ, ਉਹਨੂੰ ਮਾਡਰਨਾਈਜ਼ ਕਰਨ ਦੀ ਗੱਲ ਕਰ ਲਈਏ, ਚਾਹੇ ਸਾਡਾ ਜਿਹੜਾ ਹੈਗਾ ਮਾਡਰਨ ਟੈਕਨੋਲੋਜੀ ਕਿਉਂਕਿ ਹੁਣ ਦੇਖੋ ਨਾ ਡਿਜੀਟਲ ਟੈਕਨੋਲੋਜੀ ਆ ਗਈ ਉਹਨਾਂ ਨਾਲ ਨਜਿੱਠਣ ਨੂੰ ਟੂਲ ਵੀ ਉਹੋ ਜਿਹੇ ਸਾਨੂੰ ਪ੍ਰੋਵਾਈਡ ਕਰਨੇ ਚਾਹੀਦੇ ਆ। ਸੋ ਉਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖਦੇ ਹਾਂ ਜਿਹੜਾ ਬਿੱਲ ਸੀ 70 ਉਹ ਬੜੇ ਡਿਟੇਲਡ ਬਿੱਲ ਹੈਗਾ ਔਰ ਉਹ ਜਿਹੜਾ ਅੱਗੇ ਬਹਿਸ ਲਈ ਆਊਗਾ ਔਰ ਵੋਟ ਲਈ ਆਊਗਾ ਉਹ ਗੌਰਮੈਂਟ ਨੇ ਆਲਰੇਡੀ ਢੁੱਕਦੇ ਸਟੈਪ ਜਿਹੜੇ ਨੇ ਉਹ ਸ਼ੁਰੂ ਕਰ ਲਿਆ। ਦੇਖੋ ਕਦੇ ਵੀ ਜਿਹੜੇ ਜਦੋਂ ਵੀ ਬਿੱਲ ਲੈ ਕੇ ਆਉਂਦੇ ਹਾਂ ਕੋਈ ਨਾ ਕੋਈ ਮੈਂਬਰ ਜਿਹੜਾ ਹੁੰਦਾ ਉਹਨੂੰ ਮਿਸਅੰਡਰਸਟੈਂਡਿੰਗ ਹੁੰਦੀ ਆ, ਠੀਕ ਹੈ ਨਾ, ਉਹ ਕ੍ਰੀਏਟ ਕਰਦਾ ਮਿਸਅੰਡਰਸਟੈਂਡਿੰਗ
ਜਿਹੜੀਆਂ ਉਹ, ਪਰ ਐਟ ਦੀ ਐਂਡ ਜੇ ਦੇਖਿਆ ਜਾਵੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਤੁਸੀਂ ਗੱਲ ਕਰਦੇ ਹੈਗੇ ਹੋ, ਉਹ ਵੋਟ ਵੇਲੇ ਨਹੀਂ ਸੀ ਆਏ, ਉਹਨੇ ਅਬਸਟੇਨ ਕੀਤਾ ਵੋਟ ਤੋਂ। ਸੋ ਇਹਦਾ ਮਤਲਬ ਆ ਕਿ ਉਹਨਾਂ ਨੇ ਜੇ ਹੱਕ 'ਚ ਨਹੀਂ ਤਾਂ ਉਹਨਾਂ ਨੇ ਇਸ 'ਤੇ ਉਲਟ ਵੀ ਵੋਟ ਜਿਹੜੀ ਆ ਉਹ ਨਹੀਂ ਪਾਈ। ਹੋ ਸਕਦਾ ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਹੋਵੇ ਕਿ ਵੀ ਹਰ ਇੱਕ ਕੈਨੇਡੀਅਨ, ਕਿਉਂਕਿ ਬਿੱਲ ਜਿਹੜਾ ਹੈਗਾ ਇਹ ਡਿਸਕ੍ਰਿਮੀਨੇਟ ਨਹੀਂ ਕਰਦਾ ਕਿਸੇ ਨੂੰ, ਨਾ ਇਹ ਕਿਸੇ ਰਿਲੀਜਨ ਨੂੰ ਫੋਕਸ ਕਰ ਰਿਹਾ, ਨਾ ਇਹ ਕਿਸੇ ਕਲਰ ਨੂੰ, ਨਾ ਕੋਈ ਕਿੱਥੋਂ ਆਇਆ। ਇਹ ਜਿਹੜਾ ਸੀਗਾ ਮੋਸ਼ਨ, ਇਹੀ ਕਹਿੰਦਾ ਸੀ ਵੀ ਹਰ ਇੱਕ ਕੈਨੇਡੀਅਨ ਜਿਹੜਾ ਹੈਗਾ ਉਹਦੀ ਹਿਫਾਜ਼ਤ ਜਿਹੜੀ ਆ ਉਹ ਜਿਹੜੀ ਕਰਨੀ ਚਾਹੀਦੀ, ਉਹਦੇ ਲਈ ਜਿਹੜਾ ਹੈਗਾ ਗੌਰਮੈਂਟ ਨੂੰ ਜਿਹੜਾ ਵਾ ਉਹ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਐਵਰੀ ਕੈਨੇਡੀਅਨ ਅਤੇ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ ਜਿਹੜੀਆਂ ਉਹ ਫੋਰਨ ਇੰਟਰਫੀਰੈਂਸ ਤੋਂ ਜਿਹੜੀਆਂ ਨੇ ਉਹ ਰਹਿਤ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।